ਇਹ ਹਾਲਾਤ ਪੰਜਾਬ ਦੇ ਨੇ। ਉਹ ਪੰਜਾਬ ਜਿਹੜਾ ਪੰਜਾਬ ਪਾਣੀਆਂ ਦੀ ਧਰਤੀ ਸੀ, ਜਿੱਥੇ ਹੁਣ ਲੋਕਾਂ ਨੂੰ ਸੀਵਰੇਜ ਦਾ ਪਾਣੀ ਪੀਣ ਲਈ ਸਪਲਾਈ ਕੀਤਾ ਜਾ ਰਿਹਾ। ਫਰੀਦਕੋਟ ਦੇ ਕੋਟਕਪੂਰਾ 'ਚ ਟੂਟੀਆਂ 'ਚੋਂ ਗੰਦੇ ਨਾਲੇ ਵਾਂਗ ਕਾਲਾ ਪਾਣੀ ਵਹਿ ਰਿਹਾ, ਜਿਸ ਨਾਲ ਲੋਕਾਂ 'ਚ ਗੁੱਸਾ ਅਤੇ ਪ੍ਰਸ਼ਾਸਨ ਦੇ ਖਿਲਾਫ਼ ਰੋਸ ਦੀ ਲਹਿਰ ਹੈ। ਇਹ ਪਾਣੀ ਸੂਬਾ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਦਾ ਮੂੰਹ ਚੜਾ ਰਿਹਾ। ਲੋਕਾਂ ਦਾ ਕਹਿਣਾ ਹੈ ਕਿ ਉਹ ਦਫ਼ਤਰਾਂ ਦੇ ਚੱਕਰ ਕੱਟ ਕੇ ਥੱਕ ਚੁੱਕੇ ਨੇ। ਬਹੁਤ ਬੁਰਾ ਹਾਲ ਹੈ ਜੀ ਸਾਡਾ, ਤਾਂ ਮਤਲਬ ਵੀ ਜਿਉਣਾ ਹਰਾਮ ਹੋ ਗਿਆ ਪਿਆ, ਕੋਈ ਅਸੀਂ ਪਾਣੀ ਪੀ ਨਹੀਂ ਸਕਦੇ। ਬੁਰੇ ਹਾਲ ਬੌਂਕੇ ਦਿਹਾੜੇ ਹੈ, ਜਵਾਕ ਬਿਮਾਰ ਹੋ ਗਏ ਹੈ। ਗੱਲ ਸੁਣ ਲਓ ਮੇਰੀ, ਤੁਸੀਂ ਆਪਦੀ ਤਸੱਲੀ ਕਰੋ, ਜਵਾਕ ਬਿਮਾਰ ਹੋ ਗਏ ਆ, ਬੁਰੇ ਹਾਲ ਆ, ਬੌਂਕੇ ਦਿਹਾੜੇ ਹੈ। ਕਿਸੇ ਨੂੰ ਵੀ ਕਹਿੰਦੇ ਹਾਂ, ਕੋਈ ਪ੍ਰਸ਼ਾਸਨ ਦਾ ਬੰਦਾ ਸੁਣਨ ਨੂੰ ਤਿਆਰ ਨਹੀਂ। ਅੱਗੇ ਵੀ ਅਸੀਂ ਮਤਲਬ ਵੀ ਪਾਣੀ ਮਤਲਬ ਇਵੇਂ ਚੈੱਕ ਕਰਾਇਆ ਸੀਗਾ, ਤਸੱਲੀ ਕਰਾਈ ਸੀ, 1.5 ਸਾਲ ਹੋ ਗਿਆ, ਅਸੀਂ ਨਰਕ ਦੀ ਜੂਨੀ ਜਿਉਂਦੇ ਹਾਂ। ਬਲਾਕ ਕਾਂਗਰਸ ਦੇ ਪ੍ਰਧਾਨ ਤੇ ਕੌਂਸਲਰ ਪ੍ਰਦੀਪ ਚੋਪੜਾ ਦਾ ਕਹਿਣਾ ਹੈ ਕਿ ਜਿੱਥੇ ਪੁਰਾਣੀਆਂ ਪਾਈਪਾਂ ਨੇ ਉਸ ਥਾਂ ਤੇ ਗੰਦਾ ਪਾਣੀ ਮਿਕਸ ਹੋ ਰਿਹਾ, ਪਰ ਸੀਵਰੇਜ ਬੋਰਡ ਦੇ ਅਧਿਕਾਰੀ ਸੁਣਵਾਈ ਕਰਨ ਨੂੰ ਤਿਆਰ ਨਹੀਂ। ਉਧਰ ਮੀਡੀਆ ਨੇ ਡੀਸੀ ਫਰੀਦਕੋਟ ਦਾ ਪੱਖ ਜਾਣਿਆ, ਤਾਂ ਸੁਣੋ ਉਹਨਾਂ ਦਾ ਕੀ ਕਹਿਣਾ ਹੈ। ਐਸੇ ਹੈ ਕਿ ਮੇਰੇ ਨੌਲੇਜ ਮੈਂ ਅਭੀ ਆਪਣੇ ਲਾਇਆ, ਤੋ ਮੈਨੇ ਐਸਟੀਓ ਸੀਵਰੇਜ ਉਨਕੋ ਫੋਨ ਕਰ ਦਿਆ, ਤੋ ਉਹ ਤੁਰੰਤ ਜਾ ਕੇ ਇਸਕਾ ਹੱਲ ਨਿਕਾਲੇਂਗੇ, ਔਰ ਕੱਲ ਤੱਕ ਉਨਕੋ ਬੋਲਾ ਹੈ ਕਿ ਉਹ ਇਸਕਾ ਹੱਲ ਨਿਕਾਲ ਕੇ ਮੇਰੇ ਕੋ ਰਿਪੋਰਟ ਕਰੇਂਗੇ, ਤਾਂ ਕਿ ਕਿਸੇ ਕੋਈ ਐਸੇ ਪਾਣੀ ਕੀ ਦਿੱਕਤ ਨਾ ਆਏ। ਸਵਾਏ ਨਾਰਾਜ਼ਗੀ ਜ਼ਾਹਰ ਕਰਨ ਦੇ ਲੋਕਾਂ ਕੋਲ ਹੋਰ ਕੋਈ ਚਾਰਾ ਨਹੀਂ। ਇਹ ਜ਼ਹਿਰੀ ਪਾਣੀ ਇਹਨਾਂ ਲੋਕਾਂ ਦੀ ਜਾਨ ਦਾ ਖੋਹ ਬਣਿਆ ਹੋਇਆ। ਆਖਿਰ ਪ੍ਰਸ਼ਾਸਨ ਸਮੱਸਿਆ ਦਾ ਹੱਲ ਸਮਾਂ ਰਹਿੰਦੇ ਕਿਉਂ ਨਹੀਂ ਕਰਦਾ, ਇਹ ਵੱਡਾ ਸਵਾਲ ਹੈ। ਫਰੀਦਕੋਟ ਤੋਂ ਪ੍ਰੇਮ ਪਾਸੀ ਦੀ ਰਿਪੋਰਟ, ਇੰਡੀਆ ਨਿਊਜ਼ ਪੰਜਾਬ।